गुड मॉर्निंग फ्रेंड्स, तुहानू मैं दिखाउणी है कि पानी विच मनी प्लांट लगाया है। पर ये जिहड़ा पानी विच असीं मनी प्लांट लगाउणे आ, अक्सर ही कहा जांदा है कि ये बड़ा हानिकारक है। हानिकारक क्यों है? क्योंकि इहदे विच मच्छर पैदा हो जांदा है ते वह जिहड़ा मच्छर है डेंगू या मलेरिया फैलन का कारण बन जांदा है। ਤਾਂ ਸਾਡੇ ਮਨ ਵਿੱਚ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਅਸੀਂ ਜੇ ਮਨੀ ਪਲਾਂਟ ਲਗਾਇਆ ਹੈ, ਪਾਣੀ 'ਚ ਲਗਾਇਆ ਤਾਂ ਜਿਹੜਾ ਹੈਗਾ ਉਹ ਮਲੇਰੀਆ ਕਾਜ ਕਰੂਗਾ। ਪਰ ਮੈਂ ਕੀ ਕੀਤਾ ਕਿ ਮੈਂ ਇਹਦੇ ਵਿੱਚ ਦੇਖੋ ਜਿਹੜਾ ਬੋਟਲ ਹੈ, ਬੋਟਲ ਦੇ ਗਲ ਦੇ ਵਿੱਚ ਮੈਂ ਕਾਟਨ ਲਗਾਈ ਹੋਈ ਹੈ। ਇਹਦੇ ਨਾਲ ਮੱਛਰ ਬਿਲਕੁਲ ਅੰਦਰ ਨਹੀਂ ਜਾਂਦਾ ਅਤੇ ਤੁਹਾਡਾ ਮਨੀ ਪਲਾਂਟ ਵੀ ਸੇਫ ਹੈ ਔਰ ਤੁਸੀਂ ਵੀ ਸੇਫ ਹੋ। ਜਿੰਨਾ ਮਰਜ਼ੀ ਤੁਸੀਂ ਪਾਣੀ ਦੇ ਵਿੱਚ ਮਨੀ ਪਲਾਂਟ ਲਗਾ ਕੇ ਰੱਖ ਸਕਦੇ ਹੋ, ਪਰ ਇਹੀ ਤਰੀਕਾ ਬੈਸਟ ਹੈ ਕਿ ਉਹਨੂੰ ਉੱਪਰੋਂ ਕਾਟਨ ਨਾਲ ਢੱਕ ਦਿਓ। ਉਹਦੇ ਨਾਲ ਮੱਛਰ ਨਹੀਂ ਜਾਂਦਾ ਅੰਦਰ ਔਰ ਤੁਹਾਨੂੰ ਕੋਈ ਵੀ ਮਲੇਰੀਆ ਹੋਣ ਦਾ ਖਤਰਾ ਨਹੀਂ ਹੈਗਾ। ਇੱਕ ਮੈਂ ਇਹ ਮੈਨੂੰ ਮਿਲੇ ਸੀ, ਪਿੱਪਲ ਦੇ ਪੱਤੇ ਬਾਹਰ ਗਲੀ ਵਿੱਚ ਪਏ ਸੀਗੇ, ਉਹਨੂੰ ਮੈਂ ਚੁੱਕਿਆ, ਧੋਤਾ, ਸਾਫ਼ ਕੀਤਾ ਔਰ ਇਹਨਾਂ ਨੂੰ ਮੈਂ ਇੱਥੇ ਡੈਕੋਰੇਟਡ ਦੇਖੋ ਲੀਵਸ ਦੇ ਤੌਰ 'ਤੇ ਮੈਂ ਰੱਖਿਆ ਹੋਇਆ ਸਾਰਿਆਂ ਨੂੰ। ਚਾਰ ਪੰਜ ਪੱਤੇ ਸੀ ਮੈਨੂੰ ਮਿਲੇ, ਤਾਂ ਇਹਨਾਂ ਨੂੰ ਮੈਂ ਆਹ ਮੈਨੂੰ ਇੱਕ ਪੈਬਲ ਮਿਲਿਆ ਸੀ ਬਾਹਰ ਨੂੰ ਬਿਲਕੁਲ ਵਾਈਟ, ਇਹਨੂੰ ਮੈਂ ਲੈ ਆਉਂਦਾ ਸੀ। ਇਹ ਡੰਪਕੇਨ ਹੈ, ਇਹ ਕਿਉਂਕਿ ਇਹਨੂੰ ਥੋੜ੍ਹੀ ਸੂਰਜ ਦੀ ਰੋਸ਼ਨੀ ਤਾਂ ਮਿਲਦੀ ਹੈ ਕਿਉਂਕਿ ਇੱਧਰ ਦੇਖੋ ਵਿੰਡੋ ਹੈ, ਪਰ ਇਹਨੂੰ ਡਾਇਰੈਕਟ ਸਨਲਾਈਟ ਨਹੀਂ ਮਿਲਦੀ, ਤਾਂ ਫਿਰ ਉਹਦੇ ਕਰਕੇ ਤੇ ਪੱਤੇ ਥੋੜ੍ਹੇ ਜਿਹੇ ਇਲੋਂਗੇਟਡ ਹੋ ਗਏ, ਲੰਮੇ ਹੋ ਗਿਆ, ਦੇਖੋ ਲੰਮੇ ਹੋ ਗਿਆ ਕਿਉਂਕਿ ਦੇਖੋ ਕਿੰਨੇ ਕਿੰਨੇ ਲੰਮੇ ਹੋ ਗਏ। ਜੇ ਬਾਹਰ ਪਿਆ ਹੋਵੇ ਇਹ ਤਾਂ ਇਹਦੇ ਪੱਤੇ ਜਿਹੜੇ ਹੈਗੇ ਆ ਚੌੜੇ ਹੋਣਗੇ, ਪਰ ਫਿਰ ਵੀ ਇਹ ਬੜਾ ਵਧੀਆ ਗਰੋ ਕਰ ਰਿਹਾ। ਇੱਧਰੋਂ ਕਾਟਨ ਚੁੱਕ ਦੇਈਦਾ ਤਾਂ ਫਿਰ ਇਹਦੇ 'ਤੇ ਜਿਹੜੀ ਹੈਗੀ ਲਾਈਟ ਪੈਂਦੀ, ਔਰ ਜਿਹੜੇ ਪਾਸਿਓਂ ਲਾਈਟ ਆਉਂਦੀ ਹੈ ਇਹਦਾ ਝੁਕਾਅ ਤੁਸੀਂ ਦੇਖੋ ਉੱਧਰ ਵੱਲ ਨੂੰ ਹੀ ਹੈ, ਥੋੜ੍ਹਾ ਲਾਈਟ ਵੱਲ ਨੂੰ ਹੀ ਹੈ। ਇੱਕ ਮਨੀ ਪਲਾਂਟ ਦਾ ਮੈਂ ਰੱਖਿਆ ਹੋਇਆ ਦੇਖੋ ਇਹ ਡਰਾਇੰਗ ਰੂਮ ਦੇ ਵਿੱਚ, ਇਹਦੇ ਪੱਤੇ ਜਿਹੜੇ ਹੈਗੇ ਇਸ ਮਨੀ ਪਲਾਂਟ ਦੇ ਛੋਟੇ ਰਹਿੰਦੇ ਆ, ਛੋਟੇ ਪੱਤਿਆਂ ਵਾਲਾ ਮਨੀ ਪਲਾਂਟ, ਔਰ ਇਹ ਵਧੀਆ ਗਰੋ ਕਰ ਰਿਹਾ। ਇਹ ਵੀ ਇਨਡੋਰ ਪਲਾਂਟ ਹੈ, ਇਹਨੂੰ ਵੀ ਮੈਂ ਪਹਿਲਾਂ ਡਰਾਇੰਗ ਰੂਮ ਵਿੱਚ ਰੱਖਿਆ ਸੀ, ਹੁਣ ਲੋਬੀ ਦੇ ਵਿੱਚ ਰੱਖਿਆ ਹੋਇਆ, ਬਹੁਤ ਸੋਹਣਾ ਲੱਗਦਾ। ਨੈਕਸਟ ਵੀਡੀਓ ਵਿੱਚ ਇਹਦਾ ਨਾਮ ਵੀ ਦੱਸਾਂਗੀ ਤੁਹਾਨੂੰ ਕਿ ਇਹਦੀ ਜਿਹੜੀ ਹੈ ਕਿੰਨੇ ਕੁ ਨੂੰ ਪਾਣੀ ਚਾਹੀਦਾ ਹੈ ਉਹ ਵੀ ਸਾਰਾ ਦੱਸਾਂਗੀ। ਅੱਜ ਦੇ ਲਈ ਇੰਨਾ ਹੀ, ਥੈਂਕਸ ਫੋਰ ਵਾਚਿੰਗ।